ਵਾਹਿਗੁਰੂ। ਕਸ਼ਮੀਰ ਤੋਂ ਭੈਣਾਂ ਆਈਆਂ ਸੀਗੀਆਂ, ਬਹੁਤ ਲੰਬੇ ਟਾਈਮ ਤੋਂ ਸਪਾਈਨਲ ਕੋਰਡ ਇੰਜਰੀ ਹੈ, ਲਗਭਗ 28 ਸਾਲ ਤੋਂ ਕਮਰੇ 'ਚ ਬੰਦ ਸੀਗੇ ਨਾ, ਕਮਰੇ ਦੇ ਵਿੱਚ ਸੀਗੇ ਔਰ ਬੈੱਡ ਸੋਰ ਸੀਗੇ ਬੜੇ ਭਿਆਨਕ। ਬਹੁਤ ਸਾਰਾ ਤੁਹਾਡੇ ਨਾਲ ਰੂਬਰੂ ਕਰਦੇ ਹੋ, ਉਹਨਾਂ ਨਾਲ ਗੱਲ ਕਰਦੇ ਹੋਏ। ਭੈਣ ਜੀ, ਕਿੰਨੇ ਸਾਲ ਹੋ ਗਏ ਇਨਕੀ ਇੰਜਰੀ ਕੋ? ਹਾਂਜੀ 28 ਸਾਲ। 28 ਸਾਲ ਹੋ ਗਿਆ, 28 ਸਾਲ 'ਚ ਆਪ ਹੀ ਦੇਖ ਰਹੇ ਹੋ ਜੀ ਸਰ। ਦੇਖੋ, ਜਿੱਥੇ ਰਿਸ਼ਤੇ ਬਿਖਰ ਜਾਂਦੇ ਨਾ, ਖੂਨ ਪਾਣੀ ਉਹ ਰੱਖਿਆ, ਉੱਥੇ ਇੱਕ ਇਹ ਵੀ ਬਹੁਤ ਪੋਜ਼ਿਟਿਵ ਗੱਲ ਹੈ ਕਿ ਇਹ ਇਹਨਾਂ ਦੀ ਸਿਸਟਰ ਹੈ, 28 ਸਾਲ ਤੋਂ ਸੇਵਾ ਕਰ ਰਹੇ ਆਪਣੀ ਭੈਣ ਦੀ, ਛੱਡ ਕੇ ਨਹੀਂ ਗਏ। ਥੱਕਦੇ ਨਹੀਂ ਹੋ ਫਿਰ 28 ਸਾਲ ਸੇ ਦੇਖਤੇ ਹੋਏ? ਸਿੰਪਲ ਪਕੜ ਲਓ, ਕੋਈ ਇਸ਼ੂ ਨਹੀਂ, ਸਿੰਪਲ ਸੇ ਮੈਨੇ ਪਕੜਾ ਹੁਆ। ਥੱਕਦੇ ਨਹੀਂ ਹੋ ਆਪ? ਹਾਂ, ਥੱਕ ਜਾਤੀ ਹੂੰ, ਕਿਆ ਕਰੂੰਗੀ ਮੈਂ। ਕਿਉਂਕਿ ਇੱਕ ਪੇਸ਼ੈਂਟ ਕੇ ਸਾਥ ਇੱਕ ਜ਼ਿੰਦਗੀ ਆਪਕੀ ਵੀ ਰੁਕ ਜਾਤੀ ਹੈ। ਬਹੁਤ ਟਫ ਹੋਤੀ ਹੈ। ਤੋ ਕਿਤਨੇ ਟਾਈਮ ਸੇ ਬੈੱਡ ਸੋਰ ਥੇ ਆਪ ਇਨਕੇ? 6 ਮਹੀਨੇ ਹੋ ਗਏ। 6 ਮਹੀਨੇ ਸੇ ਯਹਾਂ ਪਰ ਆਏ ਹੋ, ਆਪਕੋ 20 ਦਿਨ ਹੋ ਗਏ ਨਾ? 20 ਦਿਨ ਹੋ ਗਏ। 6 ਮਹੀਨੇ ਔਰ 20 ਦਿਨ ਮੈਂ ਐਸਾ ਕਿਆ ਮਤਲਬ ਕਿ ਬੈੱਡ ਸੋਰ ਠੀਕ ਹੋ ਗਏ? ਬੈੱਡ ਸੋਰ ਠੀਕ ਹੋ ਗਿਆ। ਕੈਸੇ ਹੋ ਗਏ? ਮਤਲਬ ਅੱਛੀ ਰਿਕਵਰੀ ਹੋ ਗਈ ਕਿ ਅੱਛਾ ਦਵਾਈ ਮਿਲਾ। ਅਗਰ ਵਹਾਂ ਆਪਸੇ ਪੁੱਛੇ ਕਿ ਜਾ ਕੇ ਕਿ ਭਈ ਅਬ ਵਹਾਂ ਐਸਾ ਕਿਆ ਹੋਤਾ ਜੋ ਬੈੱਡ ਸੋਰ ਠੀਕ ਹੋ ਜਾਤੇ ਹੈ, ਫਿਰ ਕਿਆ ਜਵਾਬ ਦੋਗੇ? ਮੈਂ ਬੋਲੂੰਗੀ ਅੱਛੀ ਕੇਅਰ ਕਰਤੇ ਹੈ ਵਹਾਂ, ਅੱਛਾ ਖਾਤੇ ਪੀਤੇ ਵੀ ਹੈ ਵਹਾਂ, ਬੈੱਡ ਸੋਰ ਕੋ ਕਿਆ ਇਲਾਜ ਹੈ ਕਿਆ ਨਹੀਂ, ਬੈੱਡ ਕਿਸੇ ਤਰ੍ਹਾਂ ਬਿਠਾਉਣਾ ਚਾਹੀਏ ਬੈੱਡ ਪੇ, ਕਿਆ ਕਰਨਾ ਚਾਹੀਏ, ਨਹਾਉਣਾ ਨਹੀਂ ਚਾਹੀਏ ਵਹਾਂ, ਐਸਾ ਨਹੀਂ ਬੋਲਤਾ ਹੈ, ਉਸਕੋ ਨਹਾਉਣਾ ਨਹੀਂ ਚਾਹੀਏ, ਉਸਕੋ ਮਤਲਬ ਮੁੜ ਕੇ ਬੈਠਣਾ ਨਹੀਂ ਚਾਹੀਏ, ਕੁਛ ਨਹੀਂ ਬੋਲਤਾ ਹੈ ਵਹਾਂ, ਕੈਸੇ ਬੈੱਡ ਸੋਰ ਠੀਕ ਹੋ ਜਾਏਗਾ, ਤੋ ਯਹਾਂ ਸਭ ਕੁਛ ਬੋਲ ਦੇਤਾ ਹੈ, ਕਿਆ ਖਾਣਾ ਚਾਹੀਏ ਕਿਆ ਪੀਣਾ ਚਾਹੀਏ ਸਭ ਕੁਛ ਬੋਲ ਦੇਤਾ ਹੈ ਡਾਕਟਰ। ਆਪਕੋ ਮਹਿਸੂਸ ਹੁਆ ਕਿ ਘਰ ਕੇ ਘਰ ਸੇ ਦੂਰ ਹੋ, ਘਰ ਸੇ ਬਾਹਰ ਹੋ? ਨਹੀਂ ਨਹੀਂ ਨਹੀਂ। ਪਿਆਰ ਮਿਲਾ? ਨਹੀਂ, ਪਿਆਰ ਮਿਲਾ, ਬਹੁਤ ਪਿਆਰ ਮਿਲਾ ਜੀ। ਸ਼ੁਕਰੀਆ ਸ਼ੁਕਰੀਆ, ਬਹੁਤ ਪਿਆਰ ਮਿਲਾ। ਹਾਲਾਂਕਿ ਥੋੜੀ ਬਹੁਤ ਕਮੀਆਂ ਵੀ ਚੱਲ ਰਹੀ ਹੈ, ਹਮ ਦੂਸਰੀ ਤਰਫ ਬਿਜ਼ੀ ਹੈ। ਨਹੀਂ, ਕੋਈ ਕਮੀ ਨਹੀਂ, ਕੋਈ ਕਮੀ ਨਹੀਂ, ਕੋਈ ਕਮੀ ਨਹੀਂ। ਇਹ ਖੁਦ ਇਤਨੇ ਅੱਛੇ ਹੈ ਜੀ, ਹੈ ਨਾ, ਤੋ ਇਸ ਲਈ ਸਾਰੀ ਦੁਨੀਆ ਇਨਕੋ ਅੱਛੀ ਲੱਗਤੀ ਹੈ, ਤੋ ਬਹੁਤ ਸ਼ੁਕਰੀਆ ਇਨ ਬਹਿਨੋਂ ਕਾ। ਮੈਂ ਫੀਲ ਕਰ ਰਹੀ ਹੂੰ, ਇਹ ਮੇਰੀ ਮਾਂ ਹੈ ਯਹਾਂ, ਇਹ ਮੇਰੇ ਬ੍ਰਦਰਸ ਹੈ, ਇਹ ਮੇਰੀ ਸਿਸਟਰਸ ਹੈ ਜੀ। ਸ਼ੁਕਰੀਆ, ਮਾਈ ਫੈਮਿਲੀ ਹੈ ਜੀ, ਤੋ ਬਹੁਤ ਸ਼ੁਕਰੀਆ ਜੀ 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 ਸ਼ੁਕਰੀਆ ਜੀ। ਹਾਂਜੀ ਹਾਂ, ਘਰ ਵਾਲੇ ਯਾਦ, ਥੈਂਕ ਯੂ ਸੋ ਮਚ, ਥੈਂਕ ਯੂ। ਸੰਗਤ ਜੀ, ਤੁਹਾਡੇ ਸਹਿਯੋਗ ਦੇ ਨਾਲ ਰਲ ਮਿਲ ਕੇ ਐਜ਼ ਅ ਟੀਮ ਹੋ ਪਾਉਂਦਾ, ਉਸ ਅਕਾਲ ਪੁਰਖ ਨੂੰ, ਉਸ ਰਾਮ ਨੂੰ, ਉਸ ਅੱਲਾ ਨੂੰ ਜਾਣ ਕੇ, ਹਾਜ਼ਰ ਨਾਜ਼ਰ ਜਾਣ ਕੇ ਸਾਰੀ ਸੇਵਾਵਾਂ ਚੱਲਦੀਆਂ। ਸੋ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ, ਜੋ ਐਜ਼ ਅ ਟੀਮ ਇਹ ਸੇਵਾਵਾਂ ਚੱਲ ਪਾਉਂਦੀਆਂ। ਸ਼ੁਕਰ ਹੈ ਜੀ।